ਅੱਜ ਆਪਾਂ ਮਾਂ ਦੀ ਗੱਲ ਕਰਦੇ ਆ ਵੀ ਮਾਂ ਦੇ ਕੋਲੋਂ ਕੁੱਟ ਕਿੰਨੀ ਕੁ ਪਈ ਆ ਮੈਨੂੰ ਤਾਂ ਠੀਕ ਠੀਕ ਪਈ ਆ ਬਾਕੀ ਇੱਧਰ ਪੁੱਛ ਲਓ ਇਹ ਦੇਖੋ ਨਾਲੇ ਟ੍ਰਾਂਸਫਰ ਨਹੀਂ ਮੈਨੂੰ ਪਈ ਨਹੀਂ ਕਦੇ ਮਾਤਾ ਨੇ ਨਹੀਂ ਕੁੱਟਿਆ ਸੀ ਮਾਂ ਦਾ ਚੰਗਾ ਪੁੱਤ ਸੀਗਾ ਹੁਣ ਤੇਰੇ ਵਰਗਾ ਥੋੜੀ ਸੀ ਜਿਹਦੇ ਸਵੇਰੇ ਵੀ ਚੱਪਲਾਂ ਸ਼ਾਮ ਨੂੰ ਵੀ ਚੱਪਲਾਂ ਗਿੱਪੀ ਭਾਈ ਨੇ ਵੀ ਇੰਟਰਵਿਊ ਵਿੱਚ ਇਹੀ ਕਿਹਾ ਕਹਿੰਦੇ ਤੇਰੇ ਸਵੇਰੇ ਵੀ ਚੱਪਲਾਂ ਇਦਾਂ ਕਿੱਦਾਂ ਭਾਜੀ ਤੁਸੀਂ ਤੇਰੇ ਪੈਂਦੀਆਂ ਹੋਣਗੀਆਂ ਤਾਂ ਕਿ ਤੇਰੇ ਪਤਾ ਲੱਗਦਾ ਜਾਂ ਕਈ ਵਾਰੀ ਇਹ ਹੁੰਦਾ ਵੀ ਇਕੱਲੇ ਕੌਮਿਕ ਰੋਲ ਮਿਲਦੇ ਰਹਿੰਦੇ ਬੰਦੇ ਨੂੰ ਨਹੀਂ ਮੌਕਾ ਮਿਲਦਾ ਜਦੋਂ ਮੌਕਾ ਮਿਲਦਾ ਤੇ ਐਕਟਰ ਤਾਂ ਐਸੀ ਚੀਜ਼ ਹੈ ਵੀ ਧੁੱਕੀ ਕੱਢ ਦਿੰਦਾ ਔਰ ਡੈਡੀ ਮੇਰੇ ਕਹਿੰਦੇ ਹੁੰਦੇ ਸੀ ਬੌਸ ਇਜ਼ ਆਲਵੇਜ਼ ਰਾਈਟ ਉਹ ਤੁਹਾਨੂੰ ਮਿਲੇ ਹੀ ਤਾਂ ਜੇ ਉਹ ਰਾਈਟ ਹੈ ਕੈਰੀ ਔਨ ਜੱਟਾ 3 ਦੀ ਬਹੁਤ ਡਿਮਾਂਡ ਆ ਉਹ ਕਦੋਂ ਸ਼ੂਟ ਸਟਾਰਟ ਹੋਊਗਾ ਕੈਰੀ ਔਨ ਜੱਟਾ 3 ਦੀ ਸ਼ੂਟ ਮਾਂ ਫਿਲਮ ਦੇ ਸਪੈਸ਼ਲ ਆਪਾਂ ਸ਼ੋਅ ਦੇ ਉੱਪਰ ਖੜੇ ਹਾਂ ਅਤੇ ਇਸ ਵਕਤ ਸਾਡੇ ਨਾਲ ਭਾਨਾ ਐਲੇ ਬਾਈ ਅਤੇ ਪ੍ਰਿੰਸ ਕੁਲਜੀਤ ਬਾਈ ਕੀ ਹਾਲ ਚਾਲ ਹੈ ਹਾਲ ਚਾਲ ਵਧੀਆ ਤੁਸੀਂ ਸੁਣਾਓ ਜੀ ਬਹੁਤ ਵਧੀਆ ਬਾਈ ਪਹਿਲਾ ਸਵਾਲ ਤਾਂ ਮੈਂ ਇਹ ਪੁੱਛ ਰਿਹਾ ਜੇ ਆਪਾਂ ਮਾਂ ਦੀ ਗੱਲ ਕਰਦੇ ਹਾਂ ਵੀ ਮਾਂ ਦੇ ਕੋਲੋਂ ਕੁੱਟ ਕਿੰਨੀ ਕੁ ਪਈ ਆ ਮੈਨੂੰ ਤਾਂ ਠੀਕ ਠੀਕ ਪਈ ਆ ਬਾਕੀ ਇੱਧਰ ਪੁੱਛ ਲਓ ਇਹ ਦੇਖੋ ਨਾਲੇ ਟ੍ਰਾਂਸਫਰ ਨਹੀਂ ਮੈਨੂੰ ਪਈ ਨਹੀਂ ਕਦੇ ਮਾਤਾ ਨੇ ਨਹੀਂ ਕੁੱਟਿਆ ਸੀ ਕਦੇ ਨਹੀਂ ਕਦੇ ਝੜਕਾਂ ਉਹ ਤਾਂ ਪੈਂਦੀਆਂ ਰਹਿੰਦੀਆਂ ਤਾਂ ਹੁਣ ਵੀ ਪੈ ਜਾਂਦੀਆਂ ਜੀ ਮੈਂ ਮੈਨੂੰ ਨਹੀਂ ਕਦੇ ਕੁਛ ਕਰ ਇੱਦਾਂ ਭਾਜੀ ਮਤਲਬ ਕਿੱਦਾਂ ਹੋ ਸਕਦਾ ਵੈਸੇ ਤੁਸੀਂ ਸ਼ਰੀਫ ਹੀ ਇੰਨੇ ਸੀ ਘਰ ਦੇ ਵਿੱਚ ਸੀ ਮਾਂ ਦਾ ਚੰਗਾ ਪੁੱਤ ਸੀਗਾ ਹੁਣ ਤੇਰੇ ਵਰਗਾ ਥੋੜੀ ਸੀ ਜਿਹਦੇ ਸਵੇਰੇ ਵੀ ਚੱਪਲਾਂ ਸ਼ਾਮ ਨੂੰ ਵੀ ਚੱਪਲਾਂ ਗਿੱਪੀ ਭਾਈ ਨੇ ਵੀ ਪਿਛਲੀ ਇੰਟਰਵਿਊ ਵਿੱਚ ਇਹੀ ਕਿਹਾ ਕਹਿੰਦੇ ਤੇਰੇ ਸਵੇਰੇ ਵੀ ਚੱਪਲਾਂ ਇੱਦਾਂ ਕਿੱਦਾਂ ਭਾਜੀ ਤੁਸੀਂ ਤੇਰੇ ਪੈਂਦੀਆਂ ਹੋਣਗੀਆਂ ਤਾਂ ਕਿ ਤੇਰੇ ਪਤਾ ਲੱਗਦਾ ਵੀ ਇਹਦੇ ਬਹੁਤ ਚਪੇੜੇ ਪੈਂਦੇ ਪਰ ਇਹ ਗਲਤ ਲੱਗਦਾ ਮੇਰੇ ਸੱਚੀ ਨਹੀਂ ਪੈਂਦੀਆਂ ਲੈ ਤੇ ਫਿਰ ਜੇ ਤੇਰੇ ਨਹੀਂ ਪੈਂਦੀਆਂ ਹੋਣਗੀਆਂ ਤੂੰ ਮੈਨੂੰ ਹੈਰਾਨੀ ਨਾਲ ਕਿਉਂ ਪੁੱਛੇਗਾ ਤੇਰੇ ਇਹਦੇ ਮਤਲਬ ਬਹੁਤ ਪੈਂਦੀਆਂ ਹੋਣਗੀਆਂ ਲੱਗਦਾ ਵੀ ਯਾਰ ਇਹਨਾਂ ਦੇ ਕਿਉਂ ਨਹੀਂ ਪੈਂਦੀਆਂ ਸੀ ਮੈਂ ਐਸਾ ਕੀ ਕਰਦਾ ਸੀ ਮੇਰੇ ਇਕੱਲੇ ਦੇ ਕਿਉਂ ਪੈ ਗਏ ਤੇਰੇ ਹੀ ਪੈਂਦੀਆਂ ਹੋਣਗੀਆਂ ਤੂੰ ਪਾਉਣੀਆਂ ਚਾਹੁੰਦਾ ਨਹੀਂ ਨਹੀਂ ਭਾਜੀ ਅਸੀਂ ਕੱਲ ਹੀ ਪਾਉਣੀਆਂ ਪਹਿਲਾਂ ਤਾਂ ਮੁਬਾਰਕਾਂ ਸਾਰੇ ਟੀਮ ਨੂੰ ਭਾਜੀ ਬਹੁਤ ਸੋਹਣਾ ਸਬਜੈਕਟ ਲੈ ਕੇ ਆਏ ਹੋ ਬਹੁਤ ਪਿਆਰ ਮਿਲ ਰਿਹਾ ਆਡੀਅੰਸ ਵੱਲੋਂ ਤੁਸੀਂ ਕੀ ਕਹਿਣਾ ਚਾਹੋ ਬਸ ਅਸੀਂ ਤਾਂ ਧੰਨਵਾਦ ਇਹ ਆਡੀਅੰਸ ਦਾ ਕਰ ਸਕਦੇ ਹਾਂ ਜੀ ਉਹਨਾਂ ਨੇ ਭਾਜੀ ਪ੍ਰੋਜੈਕਟ ਲੈ ਕੇ ਆਇਆ ਉਹਨਾਂ ਨੂੰ ਪਸੰਦ ਆਇਆ ਅਤੇ ਬਸ ਹੋਰ ਸਾਡੇ ਲਈ ਹੋਰ ਕੀ ਕਹਿ ਸਕਦੇ ਅਤੇ ਪ੍ਰਿੰਸ ਭਾਜੀ ਇੱਕ ਇਹ ਚੀਜ਼ ਤੁਹਾਡਾ ਹਿੱਸੇ ਆਉਂਦੀ ਹੈ ਮਤਲਬ ਸਾਰੇ ਆਰਟਿਸਟ ਦਾ ਹਿੱਸੇ ਨਹੀਂ ਆਉਂਦੀ ਵੀ ਤੁਸੀਂ ਹਸਾ ਵੀ ਉਸ ਹੀ ਬਿਹਤਰੀਨ ਦੇ ਨਾਲ ਲੈਂਦੇ ਹੋ ਆਡੀਅੰਸ ਨੂੰ ਅਤੇ ਰਵਾ ਵੀ ਉਸ ਹੀ ਬਿਹਤਰੀਨ ਦੇ ਨਾਲ ਲੈਂਦੇ ਹੋ ਤੁਹਾਡਾ ਕੀ ਮਾਇੰਡ ਸੈੱਟ ਹੁੰਦਾ ਜਦੋਂ ਮਤਲਬ ਕਿਰਦਾਰ ਬਹੁਤ ਸ਼ੇਡਸ ਆ ਜਾਂਦੀਆਂ ਤੁਹਾਡੇ ਕਰੈਕਟਰਸ ਦੇ ਵਿੱਚ ਨਹੀਂ ਇਹ ਇਕੱਲੀ ਮੇਰੇ ਹਿੱਸੇ ਨਹੀਂ ਆਉਂਦੀ ਮਤਲਬ ਮੈਂ ਕਹਿੰਦਾ ਬਹੁਤ ਸਾਰਿਆਂ ਦੇ ਨਹੀਂ ਆਉਂਦੀ ਹੈਗੀ ਮਤਲਬ ਲਿਮਿਟਡ ਜੇ ਬੰਦੇ ਹੋਣਗੇ ਹਾਂ ਮੈਨੂੰ ਐਂ ਲੱਗਦਾ ਵੀ ਸਾਰਿਆਂ ਦੇ ਹਿੱਸੇ ਆਉਂਦੀ ਆ ਆਪਾਂ ਕੱਲ੍ਹ ਨੂੰ ਭਾਨੇ ਬਾਈ ਨੂੰ ਕਹੀਏ ਬਾਈ ਤੁਹਾਡਾ ਰੋਲ ਗੁੱਸੇ ਵਾਲਾ ਇਹ ਗੁੱਸੇ 'ਚ ਕਰਨਗੇ ਬਾਈ ਨੂੰ ਕਹੀਏ ਬਾਈ ਕੌਮਿਕ ਆ ਬਾਈ ਕੌਮਿਕ ਕਰਨਗੇ ਬਾਈ ਆ ਰੋਣ ਵਾਲਾ ਇਹ ਰੋਣ ਵਾਲਾ ਕਰਨਗੇ ਐਕਟਰ ਦਾ ਮਤਲਬ ਕੀ ਆ ਇਸੇ ਲਈ ਜੇ ਐਕਟਰ ਹੈ ਜਿਹੜਾ ਉਹਦੇ ਹਰ ਚੀਜ਼ ਹਿੱਸੇ ਆਉਂਦੀ ਹੈ ਗੱਲ ਹਿੱਸੇ ਆਉਂਦੀ ਆ ਕਈ ਵਾਰੀ ਇਹ ਹੁੰਦਾ ਵੀ ਇਕੱਲੇ ਕੌਮਿਕ ਰੋਲ ਮਿਲਦੇ ਰਹਿੰਦੇ ਬੰਦੇ ਨੂੰ ਨਹੀਂ ਮੌਕਾ ਮਿਲਦਾ ਜਦੋਂ ਮੌਕਾ ਮਿਲਦਾ ਤਾਂ ਐਕਟਰ ਤਾਂ ਐਸੀ ਚੀਜ਼ ਹੈ ਵੀ ਧੁੱਕੀ ਕੱਢ ਦਿੰਦਾ ਔਰ ਇਹ ਆਪਣੀ ਇੰਡਸਟਰੀ 'ਚ ਸਾਰੇ ਹੀ ਬਹੁਤ ਵਧੀਆ ਐਕਟਰ ਹੈ ਗੱਲ ਹੈ ਵੀ ਕਿਹੜੇ ਬੰਦੇ ਨੂੰ ਮੌਕਾ ਕਦੋਂ ਮਿਲਦਾ ਉਹਦੇ ਤੋਂ ਕਿਹੜਾ ਰੋਲ ਕਦੋਂ ਕਰਾਇਆ ਜਾਂਦਾ ਮੈਂ ਕਹਿੰਦਾ ਵੀ ਪ੍ਰਿੰਸ ਕਵਲ ਜੀ ਨੇ ਇਹ ਗੱਲ ਅੱਜ ਤੱਕ ਯਾਦ ਰੱਖੀ ਕੋਈ ਵੀ ਪੋਸਟ ਪਾਉਂਦੇ ਆ ਤਾਂ ਸਪੈਸ਼ਲ ਲੈਦੇ ਆ ਥੈਂਕ ਯੂ ਉਸਤਾਦ ਜੀ ਗਿੱਪੀ ਬਾਈ ਜੀ ਹਾਂ ਨਹੀਂ ਦੇਖੋ ਉਹਨਾਂ ਨੇ ਜੋ ਮੇਰੇ ਜਿੱਥੇ ਆ ਕੇ ਖੜ੍ਹੇ ਆ ਜਿਸ ਮੇਰੀ ਜ਼ਿੰਦਗੀ ਦੇ ਮੋੜ 'ਤੇ ਆ ਕੇ ਉਹਨਾਂ ਨੇ ਮੈਨੂੰ ਤਾਂ ਚੱਕਿਆ ਮੈਨੂੰ ਮੋਢਿਆਂ 'ਤੇ ਬਿਠਾ ਲਿਆ ਆਪਦਿਆਂ 'ਤੇ ਉਹ ਦੇਣ ਨਹੀਂ ਆਪਾਂ ਦੇ ਸਕਦੇ ਔਰ ਸਾਨੂੰ ਰੱਖਣਾ ਵੀ ਚਾਹੀਦਾ ਯਾਦ ਹੈ ਨਾ ਜੇ ਮੈਂ 19-21 ਕਰ ਜਾਂਦਾ ਤਾਂ ਮੈਨੂੰ ਲੱਗਦਾ ਮੈਂ 50-ਵਾਂ ਦੇ ਬੂਹੇ ਬੰਦ ਕਰਾ ਦੇਣੇ ਸੀ ਜੇ ਆਪਾਂ ਉਹ ਰੱਖਦੇ ਹਾਂ ਤਾਂ ਹੋਰ 50-20 ਜਿਹੜਾ ਉਹਨਾਂ ਲਈ ਕੋਈ ਕੁਛ ਕਰਦਾ ਉਹ ਕਹਿੰਦਾ ਔਰ ਇੱਥੇ ਹੰਬਲ ਦੇ ਵਿੱਚ ਵੀ ਹੁਣ ਤੁਸੀਂ ਦੇਖੋਗੇ ਅੱਗੇ ਕਿੰਨੇ ਨਵੇਂ ਆਰਟਿਸਟ ਆਉਣੇ ਆ ਔਰ ਕਿੰਨਿਆਂ ਨੂੰ ਮੌਕੇ ਮਿਲਣੇ ਆ ਅਤੇ ਬਾਪੂ ਜੀ ਦੀ ਗੱਲ ਤੁਸੀਂ ਯਾਦ ਰੱਖੀ ਹੋਈ ਹੈ ਵੀ ਬੌਸ ਇਜ਼ ਆਲਵੇਜ਼ ਰਾਈਟ ਤੁਸੀਂ ਸਾਡੇ ਨਾਲ ਸਾਂਝੀ ਕਰ ਡੈਡੀ ਮੇਰੇ ਕਹਿੰਦੇ ਹੁੰਦੇ ਸੀ ਬੌਸ ਇਜ਼ ਆਲਵੇਜ਼ ਰਾਈਟ ਉਹ ਤੁਹਾਨੂੰ ਮਿਲੇ ਹੀ ਤਾਂ ਜੇ ਉਹ ਰਾਈਟ ਹੈ ਅਤੇ ਭਾਨੇ ਭਾਅ ਜੀ ਅਸੀਂ ਤੁਹਾਨੂੰ ਹਲਕੇ ਹਲਕੇ ਰੋਲਾਂ ਦੇ ਵਿੱਚ ਦੇਖਦੇ ਹਾਂ ਮਤਲਬ ਕੁਛ ਹੋਰ ਅੱਗੇ ਸਟੈਪ ਵੱਧ ਰਹੇ ਹੋ ਤੁਸੀਂ ਬਸ ਹੁਣ ਇੱਧਰ ਉਸਤਾਦ ਜੀ ਬਣਾਏ ਨੇ ਇਹ ਲੈਣਗੇ ਹੁਣ ਬਾਕੀ ਡਿਸੀਜਨ ਵੱਡੇ ਰੋਲਾਂ ਦਾ ਇਹਨਾਂ ਦੇ ਫਿਰ ਲਾਇਆ ਅਤੇ ਭਾਨੇ ਭਾਅ ਜੀ ਹੋਰ ਕਿਹੜੇ ਪ੍ਰੋਜੈਕਟਸ ਤਾਂ ਹੰਬਲ ਨੇ ਬਹੁਤ ਮੂਵੀਜ਼ ਅਨਾਊਂਸ ਕੀਤੀਆਂ ਹੋਈਆਂ ਹੋਰ ਕਿਹੜੀ ਪ੍ਰੋਜੈਕਟਸ ਜਿਹੜੇ ਹੁਣ ਆ ਰਹੇ ਅੱਗੇ ਇੱਕ ਹਨੀਮੂਨ ਦਾ ਜਾ ਸ਼ੂਟ ਤੁਸੀਂ ਖਤਮ ਕਰਕੇ ਜੀ ਹਨੀਮੂਨ ਛੋੜ ਹੋ ਰਿਹਾ ਇੱਕ ਕੱਲ੍ਹ ਨੂੰ ਸਾਡੀ ਨਵੀਂ ਫਿਲਮ ਫਲੋਰ 'ਤੇ ਜਾ ਰਹੀ ਜਿਹਦਾ ਹਾਲੇ ਟਾਈਟਲ ਰੱਖਿਆ ਨਹੀਂ ਅਤੇ ਦੋ ਫਿਲਮਾਂ ਅਸੀਂ ਬਣਾ ਕੇ ਇੱਕ ਕਨੇਡਾ ਹੁਣੇ ਸ਼ੂਟ ਕਰਕੇ ਆਏ ਔਟਲਾ ਇੱਕ ਇੱਥੇ ਸ਼ੂਟ ਕੀਤੀ ਹੈ ਪਿਛਲੇ ਮਹੀਨੇ ਉਹਦਾ ਵੀ ਹਾਲੇ ਟਾਈਟਲ ਅਨਡਿਸਾਈਡਿਡ ਆ ਇਹ ਆ ਰਹੇ ਨੇ ਹੰਬਲ ਵਾਲਿਆਂ ਦੇ ਕੋਈ ਮੂਵੀਜ਼ ਵਾਲੀ ਵੈਕਸੀਨ ਤਾਂ ਨਹੀਂ ਲੱਗ ਗਈ ਹੈਗੀ ਬਾਕੀਆਂ ਨੇ ਤਾਂ ਕੋਵਿਡ ਵਾਲੀ ਲਵਾਈ ਆ
ਸਾਨੂੰ ਲੱਗਾ ਵੀ ਕਿਸੇ ਨੇ ਤਾਂ ਲਵਾਉਣੀ ਆ ਅਸੀਂ ਲਵਾ ਲਈਏ ਜੀ ਇਹ ਕੈਰੀ ਔਨ ਜੱਟਾ 3 ਦੀ ਬਹੁਤ ਡਿਮਾਂਡ ਆ ਉਹ ਕਦੋਂ ਸ਼ੂਟ ਸਟਾਰਟ ਹੋ ਰਿਹਾ ਕੈਰੀ ਔਨ ਜੱਟਾ 3 ਦੀ ਸ਼ੂਟ ਇਸ ਅਗਸਤ 'ਚ ਸ਼ੁਰੂ ਹੋ ਰਹੀ ਹੈ ਜੀ ਠੀਕ ਹੈ ਬਾਜੀ ਤੇ ਆਪਾਂ ਮੂਵੀ ਇੰਜੋਏ ਕਰਦੇ ਹਾਂ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਦੁਬਾਰਾ ਜ਼ਰੂਰ ਮਿਲਾਂਗੇ ਥੈਂਕ ਯੂ ਸੋ ਮਚ ਧੰਨਵਾਦ